ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹੁ। ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਨਾ ਤੁਸੀਂ ਸਾਰੇ ਹੈਰੀਤ ਨਾਲ ਹੋਵੋਗੇ। ਅਤੇ ਯਾਰ ਟਾਈਮ ਹੋ ਗਿਆ ਜੇ ਇਸ ਟਾਈਮ ਦੁਪਹਿਰ ਦੇ 10 ਵਜੇ ਦਾ, ਕਿਉਂਕਿ ਜਿੰਝ ਧੁੱਪ ਲੱਗ ਗਈ ਨਾ ਅੱਜ, ਦੁਪਹਿਰ ਦੇ 10 ਹੀ ਲੱਗਦੇ ਨੇ, ਫਿਰ ਸੁਬਾਹ ਦੇ 10 ਨਹੀਂ, ਇਹਨੂੰ ਅਸੀਂ ਦੁਪਹਿਰ ਦੇ 10 ਕਹਿ ਸਕਦੇ ਹਾਂ, ਠੀਕ ਹੈ। ਬਾਕੀ ਅਸਮਾਨ ਦਾ ਵਿਊ ਚੈੱਕ ਕਰੋ, ਇਹ ਸਾਹਮਣੇ ਸਫੇਦ ਸਫੇਦ ਬਾਦਲ, ਅਤੇ ਇਹ ਸਾਹਮਣੇ ਚਮਕਦਾ ਹੋਇਆ ਸੂਰਜ, ਅਤੇ ਇਹ ਸਾਹਮਣੇ ਲਿਸ਼ਕਦਾ ਹੋਇਆ ਮਿਸਟਰ ਸਾਕੀ। ਯਾਰ ਅੱਜ ਹੀ ਇਤਵਾਰ ਦੀ, ਇਤਵਾਰ ਵਾਲੇ ਦਿਨ ਹੁੰਦੇ ਨੇ ਕੰਮ ਹਜ਼ਾਰ, ਠੀਕ ਹੈ। ਬਹਰਹਾਲ ਹਜੇ ਤੱਕ ਕੋਈ ਕੰਮ ਨਹੀਂ ਹੈ, ਤਾਂ ਤਾਂ ਜਿਹੜਾ ਨਾ ਮੈਂ ਰੈਡੀ ਸ਼ੈਡੀ ਹੋਇਆ ਵਾਂ, ਚਿੱਟਾ ਸੂਟ ਪਾਇਆ ਨਾਲ, ਨਵੀਂ ਜੁੱਤੀ ਪਾ ਕੇ ਫੁੱਲ ਰੈਡੀ ਹੋਇਆ, ਕਿਉਂਕਿ ਤੁਹਾਨੂੰ ਪਤਾ ਇਤਵਾਰ ਦੀ ਇੱਕ ਛੁੱਟੀ ਹੁੰਦੀ ਹੈ, ਅਤੇ ਉਹੀ ਜਿਹੜਾ ਨਾ ਸਿਰਫ ਅਸੀਂ ਰੈਡੀ ਹੋ ਕੇ ਰਹਿਣਾ ਹੁੰਦਾ, ਠੀਕ ਹੈ। ਕੱਪੜੇ ਛੱਪੜੇ ਪਾ ਕੇ ਅਤੇ ਇਸ ਟਾਈਮ ਮੈਂ ਹੋ ਗਿਆ ਵਾਂ ਰੈਡੀ। ਹੁਣ ਇਹ ਨਹੀਂ ਪਤਾ ਕਿ ਕੀ ਕਰਨਾ ਕੀ ਨਹੀਂ, ਕੋਈ ਕੰਮ ਹੈ ਕਿ ਨਹੀਂ, ਉਹ ਤਾਂ ਹੁਣ ਥੱਲੇ ਜਾਵਾਂਗੇ, ਘੜੀ ਬਾਹਾਂ ਖਲਵਾਵਾਂਗੇ, ਅਤੇ ਫਿਰ ਹੀ ਪਤਾ ਲੱਗੇਗਾ। ਅਤੇ ਖੈਰ, ਬਾਕੀ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਨਾ ਇੱਕ ਗਿਫਟ ਦੀ ਅਨਬੋਕਸਿੰਗ ਕਰਨੀ ਹੈ, ਠੀਕ ਹੈ। ਗਿਫਟ ਆਇਆ ਸਾਨੂੰ ਦੁਬਈਓਂ, ਠੀਕ ਹੈ, ਸਪੈਸ਼ਲ ਗਿਫਟ ਹੈ ਉਹਦੀ, ਜਿਹੜਾ ਨਾ ਹੁਣੀ ਠਹਿਰ ਕੇ ਕਰਨੀ ਹੈ ਅਨਬੋਕਸਿੰਗ। ਉਹਦੇ ਤੋਂ ਪਹਿਲਾਂ ਜਿਹੜੇ ਇਤਵਾਰ ਦੇ ਛੋਟੇ ਮੋਟੇ ਕੰਮ ਨੇ ਨਾ ਉਹ ਨਿਬੇੜੀਏ, ਉਹ ਨਿਬੇੜ ਕੇ ਵਿਹਲੇ ਹੋ ਕੇ, ਅਤੇ ਫਿਰ ਗਿਫਟ ਦੀ ਅਨਬੋਕਸਿੰਗ ਕੱਢਨੇ ਆ, ਅਤੇ ਫਿਰ ਤੁਹਾਨੂੰ ਆਹਨੇ ਆ ਕੋਈ ਹੈ ਕੀ, ਮੈਨੂੰ ਤਾਂ ਪਤਾ ਲੱਗ ਗਿਆ, ਠੀਕ ਹੈ। ਬਾਕੀ ਤੁਹਾਨੂੰ ਦੱਸਦੇ ਹਾਂ ਕਿ ਗਿਫਟ ਆਇਆ ਕੀ ਹੈ, ਸਪੈਸ਼ਲ ਦੁਬਈ ਤੋਂ, ਦੁਬਈ ਤੋਂ, ਹਾਂਜੀ। ਤੋੜੀ ਸ਼ਰੀਫ, ਭਿੰਡੀ ਸ਼ਰੀਫ, ਇਹ ਸਾਰੀ ਘਰ ਦੀ ਸਬਜ਼ੀ ਸ਼ਰੀਫ, ਜਿੰਝ ਨਵਾਜ਼ ਸ਼ਰੀਫ ਅਤੇ ਸ਼ਬਾਜ਼ ਸ਼ਰੀਫ, ਉਂਝ ਭਿੰਡੀ ਸ਼ਰੀਫ ਅਤੇ ਤੋੜੀ ਸ਼ਰੀਫ। ਅਤੇ ਯਾਰ ਹੁਣ ਮੈਂ ਕਮਰੇ ਦੇ ਵਿੱਚ, ਠੀਕ ਹੈ, ਅਤੇ ਇਹ ਸਾਡਾ ਗਿਫਟ, ਅਤੇ ਇਹਦੀ ਅਨਬੋਕਸਿੰਗ ਜਿਹੜਾ ਨਾ ਡੇਰੇ ਜਾ ਕੇ ਕਰਨੇ ਆ, ਠੀਕ ਹੈ। ਬਾਕੀ ਆ ਰਾਤ ਨੂੰ ਸਾਡੇ ਭਾਈ ਨੇ ਦੁਬਈਓ ਆਏ ਨੇ, ਉਹੀ ਲੈ ਕੇ ਆਏ ਹਨ, ਠੀਕ ਹੈ। ਰਾਤ ਨੂੰ ਆ ਕੇ ਅਤੇ ਮੈਨੂੰ ਫੜਕਾ ਗਏ ਹਨ, ਅਤੇ ਹੁਣ ਬਸ ਇਹਦੀ ਅਨਬੋਕਸਿੰਗ ਕਰਨ ਵਾਲੀ ਹੈ, ਠੀਕ ਹੈ। ਅਤੇ ਇਹਨੂੰ ਲੈ ਕੇ ਜਾਂਦੇ ਹਾਂ ਡੇਰੇ, ਕਿਉਂਕਿ ਉੱਥੇ ਧੁੱਪ ਵੀ ਹੈ ਅਤੇ ਠੰਡੀ ਠੰਡੀ ਹਵਾ ਵੀ ਚੱਲਦੀ ਹੈ, ਅਤੇ ਉੱਥੇ ਜਾ ਕੇ ਆਰਾਮ ਸਕੂਨ ਨਾਲ ਬਹਿ ਕੇ ਸਹੀਏ ਸੁਭਾਅ ਦੇ ਨਾਲ ਜਿਹੜਾ ਨਾ ਇਹਦੀ ਅਨਬੋਕਸਿੰਗ ਕਰਨੇ ਆ, ਅਤੇ ਤੁਹਾਨੂੰ ਦੱਸਦੇ ਹਾਂ ਇਹਦੇ ਵਿੱਚ ਆਖਿਰਕਾਰ ਹੈ ਕੀ ਹੈ। ਅਤੇ ਯਾਰ ਇਸ ਟਾਈਮ ਮੈਂ ਆ ਗਿਆ ਮੈਂ ਡੇਰੇ, ਠੀਕ ਹੈ। ਬਰਾਲ ਡੇਰੇ 'ਤੇ ਅੱਜ ਹੱਬਸ ਸੀ ਬਹੁਤ ਜ਼ਿਆਦਾ, ਕਿਉਂਕਿ ਗਰਮੀ ਹੈ ਨਾ ਜੀ। ਹੁਣ ਮੈਂ ਡੇਰੇ ਆਇਆ ਅਤੇ ਮੇਰੇ ਕੱਪੜੇ ਵੇਖੋ ਪਸੀਨੇ ਦੇ ਨਾਲ ਭਿੱਜ ਵੀ ਗਏ ਨੇ। ਬਾਕੀ ਇੱਥੇ ਕੋਈ ਜਗ੍ਹਾ ਹੀ ਨਹੀਂ ਹੈ ਯਾਰ, ਐਡੇ ਕਮਾਲ ਦੀ ਘਾਹ ਹੀ ਘਾਹ ਹੈ ਹਰ ਪਾਸੇ, ਜੇ ਕਿਧਰੇ ਵੀ ਕੈਮਰਾ ਸੈੱਟ ਕੀਤਾ ਤਾਂ ਅੱਗੇ ਘਾਹ ਹੀ ਜਾਣਾ, ਕਿਉਂਕਿ ਤੁਹਾਨੂੰ ਪਤਾ ਹੈ ਸਾਡਾ ਜਿਹੜਾ ਸਟੈਂਡ ਹੈ ਨਾ ਮਾਸ਼ਾਅੱਲਾ ਬਹੁਤ ਵੱਡਾ, ਠੀਕ ਹੈ। ਤਾਂ ਅਸੀਂ ਕਰਕੇ ਨਾ ਮੈਂ ਪਹਿਨਦਾ ਕਿ ਸਹੀ ਜੀ ਥਾਂ ਲੱਭੇ, ਉੱਚੀ ਜਗ੍ਹਾ ਲੱਭੇ ਨਾ ਜਿੱਥੇ ਬੰਦਾ ਉੱਚੀ ਜਗ੍ਹਾ ਰੱਖ ਕੇ ਪਵੇ, ਅਤੇ ਕੋਈ ਵੀ ਜਗ੍ਹਾ ਇੰਝ ਦੀ ਹੈ ਹੀ ਨਹੀਂ, ਢੂੰਡਣੀ ਪੈਣੀ ਹੈ। ਬਰਾਲ ਇਹ ਤੱਕ ਜਿਹੜਾ ਨਾ ਕੋਈ ਵੀ ਦਿਖਾਈ ਨਹੀਂ ਦਿੰਦੀ। ਅੱਛਾ ਇਮਰਾਨ ਭਾਈ, ਅੱਜ ਬੜੇ ਅੱਜ ਨਮਾਜ਼ ਹੀ ਬਣੇ ਆ, ਓਹੋ ਅੱਜ ਮਾਹੀ ਜਮਾ ਪੜ ਲਿਆ, ਕਈ ਤਿਉਹਾਰ ਵਾਲੇ ਦਿਨ ਪੜਨਾ। ਇਹ ਚੈੱਕ ਕਰ ਬਾਵਾ, ਗਿਫਟ ਆਇਆ, ਗਿਫਟ ਨਹੀਂ ਨਹੀਂ ਓਏ ਆਈਏ ਨਹੀਂ ਆਈਏ ਨਹੀਂ, ਪਾਗਲਾ ਸਮਝੀਦਾ, ਬਾਅਦ ਮੇ ਅਨਬੋਕਸਿੰਗ ਕਰਦੇ ਆ, ਫਿਰ ਦੇਖਣਾ ਇਹਦਾ ਵਜ਼ਨ ਕਿੰਨਾ ਟੋਟਲ। ਅੱਧਾ ਕਿਲੋ ਵਜ਼ਨ ਹੈ, ਚੈੱਕ ਕਰ ਦੇ ਵਿੱਚ ਹੋਰੇ 400 ਦਿਰਹਮ ਸਪੈਸ਼ਲ, 300 ਕੇ ਹੋਰੇ 400, ਇੰਨਾ ਪੱਕਾ ਹੀ। ਭਲਵਾਨ ਗਿਫਟ ਨੂੰ ਹੱਥ ਨਹੀਂ ਲਾਉਣਾ। ਇਮਰਾਨ ਦੇ ਕੋਲ ਗਿਫਟ ਦੀ ਅਨਬੋਕਸਿੰਗ ਕਰਨ ਵਾਸਤੇ, ਬਰਾਲ ਹੈ ਬਿਜ਼ੀ, ਠੀਕ ਹੈ। ਇੰਨੇ ਦਿਨ ਨੂੰ ਆਪਣਾ ਕੈਮਰਾ ਵਗੈਰਾ ਸੈੱਟ ਕਰਨੇ ਆ, ਕੈਮਰਾ ਵਗੈਰਾ ਸੈੱਟ ਕਰਕੇ ਅਤੇ ਫਿਰ ਇਹਦੀ ਕਰਨੇ ਆ ਅਨਬੋਕਸਿੰਗ। ਚਲੋ ਆਈ ਆ ਉਰੇ, ਇੱਧਰ ਆਓ, ਕੰਮ ਹੇਅਰ ਹੁਣ ਕਿਹੜਾ ਯਾਰ। ਹੁਣ ਮੈਂ ਤੇ ਇਮਰਾਨ ਕਰਨ ਲੱਗੇ ਹਾਂ ਗਿਫਟ ਦੀ ਅਨਬੋਕਸਿੰਗ, ਦੇਖੋ ਕੀ ਵਿੱਚ ਰਿਹਾ ਸ਼ੈਲ ਨੇ ਕਿ ਕੀ।
ਅੰਦਰੋਂ ਘੱਟ ਹਾਂ ਉਹ ਤੇਰੀ ਹੱਥ ਤੇ ਮਾਰੇ ਹੋਰ ਕੀ ਹੋਇਆ ਕੋਈ ਹੋਰ ਚੀਜ਼ ਲੱਗਦੀ ਪਈ ਹੈ ਵਿੱਚ ਬੰਨ ਬੁਰਾ ਹੈ ਓਏ ਯੇ ਚੀਜ਼ ਚੈੱਕ ਕਰੇ ਵਾਹ ਵਾਹ ਹੋਰ ਤੂੰ ਵੱਡਾ ਚੈੱਕ ਕਰ ਚੈੱਕ ਕਰ ਲਓ ਵਾਹ ਚੈੱਕ ਕਰੋ ਜੀ ਲਓ 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 ਮੋਬਾਈਲ ਵਹਾ ਆਪਣਾ ਤੇ ਬੈਟਰੀ ਮੋਗੀ ਬਰੂਥ ਦਾਨ ਕਰ ਹੁਣੀ ਪਤਾ ਲੱਗ ਜਾਂਦਾ ਕਿਹੜਾ ਸਹੀ ਹੈ ਪਾਗਲਾ 400 ਦਿਰਮ ਹੈ 400 ਦਿਰਮ ਇਹ ਕਿੱਥੇ ਦਾ ਅਮਰੀਕਾ ਦਾ ਕੁਆਲਿਟੀ ਚੈੱਕ ਕਰ ਕੁਆਲਿਟੀ ਕੰਪਨੀ ਹੈ ਔਰ ਗਿਫਟ ਦੀ ਅਨਬਾਕਸਿੰਗ ਅਸੀਂ ਘਰ ਖੜੀ ਹੈ ਠੀਕ ਹੈ ਤੇ ਇਹਦੇ ਵਿੱਚ ਨਿਕਲਿਆ ਹੈ ਇਹ ਵਾਲਾ ਸਪੀਕਰ ਹੁਣ ਬਸ ਇਹਦੀ ਆਵਾਜ਼ ਚੈੱਕ ਕਰਨੀ ਹੈ ਇਹਦੀ ਆਵਾਜ਼ ਕਿੰਨੀ ਹੈ ਇਹਦੀ ਆਵਾਜ਼ ਬਹੁਤੀ ਹੈ ਕਿ ਇਹ ਵਾਲੇ ਦੀ ਆਵਾਜ਼ ਬਹੁਤੀ ਹੈ ਇਹਨਾਂ ਦੀ ਹੁਣ ਬਸ ਆਵਾਜ਼ ਚੈੱਕ ਕਰਨੀ ਹੈ ਇਹਦੀ ਆਵਾਜ਼ ਤਾਂ ਚੈੱਕ ਕਰ ਲਈਏ ਜਿੰਨੀ ਕੁ ਹੈ ਹੁਣ ਇਹਦੀ ਆਵਾਜ਼ ਚੈੱਕ ਕਰਨੇ ਆ ਕਿ ਇਹਦੀ ਕਿੰਨੀ ਕੁ ਆਵਾਜ਼ ਹੈ ਅਤੇ ਯਾਰ ਇਹਨੂੰ ਇੱਧਰੋਂ ਖੋਲੀ ਹੈ ਇਹਦੇ ਵਿੱਚ ਜਿਹੜਾ ਨਾ USB ਵਗੈਰਾ ਲੱਗਦੀ ਹੈ ਠੀਕ ਹੈ USB ਚਲਾ ਕੇ ਉਹਦੇ ਜ਼ਰੀਏ ਵੀ ਗਾਣੇ ਵਗੈਰਾ ਲੱਗ ਸਕਦੇ ਨੇ ਬਾਕੀ ਹੁਣ ਚਾਰਜਿੰਗ ਹੁੰਦਾ ਜਾਂ ਕੀ ਸੀਨ ਹੈ ਐ ਨਹੀਂ ਹੈ ਮੈਨੂੰ ਪਤਾ ਉਹ ਹੋਈ ਹੁਣ ਮੈਂ ਜਿਹੜਾ ਇਹਨਾਂ ਦਾ ਆਪਰੇਸ਼ਨ ਕਰਾਂਗਾ ਤਾਂ ਫਿਰ ਪਤਾ ਲੱਗੇਗਾ ਇਬਰਾਹਿਮ ਕਿੱਥੇ ਗਿਆ ਹੈ ਹੈ ਵੇ ਇਹ ਚੈੱਕ ਕਰੋ ਇਹ ਚੈੱਕ ਕਰੋ ਇਹ ਗਿਫਟ ਹੈ ਦੁਬਈਓ ਆਇਆ ਪਾਗਲਾ ਹਾਂ ਨੇ ਮੋਬਾਈਲ ਕਨੈਕਟ ਕਰਨ ਵਾਲਾ ਮੋਬਾਈਲ ਦੇ ਤੈਨੂੰ ਦੋ ਮੈਂ ਝੂਠ ਮਾਰਨਾ ਪਿਆ ਉਹਦੇ ਕੋਲ ਪੁੱਛ ਲੈ ਕਿੱਥੋਂ ਆਇਆ ਹੈਂ ਪਾਰਸਲ ਆਇਆ ਬਾਰੂ ਆਹੋ ਆਹੋ ਉਹਦੇ ਹੱਥ ਆਇਆ ਮੋਬਾਈਲ ਕਨੈਕਟ ਕਰ ਬਾਬਾ ਕਰ ਕਰ ਬਲੂਟੂਥ ਔਨ ਕਰ ਆਈ ਡੋਂਟ ਨੋ ਬਰੋ ਇਹੀ ਹੋਣਾ ਵੇਖ ਲਿਆ ਉਹ ਕਿਹਦਾ ਸੀ ਮੈਂ ਆਪਣਾ ਡਿਸਕਨੈਕਟ ਕਰ ਹਨ ਬੋਲਿਆ ਤੁਹਾਡੇ ਕੋਲ ਬਲੂਟੂਥ ਹੀ ਕਨੈਕਟ ਨਹੀਂ ਪਿਆ ਹੁੰਦਾ ਜੀ ਸਪਰੈਟ ਡੇਢ ਲੀਟਰ ਔਰ ਨਹੀਂ ਹੋਇਆ ਕਨੈਕਟ ਤੇਰੇ ਕੋਲੋਂ ਤੇਰਾ ਮੋਬਾਈਲ ਹੀ ਦੋ ਨੰਬਰ ਹੈ
ਤੇਰਾ ਕੋਈ ਕਸੂਰ ਨਹੀਂ। ਹਾਂ ਫਾਈਨਲੀ ਕਨੈਕਟ ਹੋ ਹੀ ਗਿਆ ਬਲੂਟੁੱਥ। ਕਾਲ ਉਧਰੋਂ ਫੁੱਲ ਹੋਣੀ ਸੀ। ਨਹੀਂ ਆ ਘਟਾਉਂਦੇ ਆ ਘਟਾਉਂਦੇ ਪਾਇਆ ਕਰੋ, ਸੋਹਣੇ ਲੱਗੋਗੇ। ਹਾਏ ਸੋਹਣੇ ਲੱਗੋਗੇ, ਪੁਰਖਾ ਪਾਇਆ ਕਰੋ। ਤੂੰ ਕੀ ਲੈਣਾ ਦੱਸ, ਕੀ ਚਾਹੀਦਾ ਤੈਨੂੰ? ਕੀ ਚਾਹੀਦਾ? ਨਹੀਂ ਕੁਛ ਵੀ ਚਾਹੀਦਾ, ਚਲੋ ਫਿਰ ਜਾਓ, ਸ਼ਾਬਾਸ਼। ਕੋਈ ਚੀਜ਼ ਹੈ ਨਹੀਂ ਹੈ, ਹੈ ਨਹੀਂ, ਹੈ ਨਹੀਂ, ਫਾਰਸੀ ਬੋਲਨੇ ਪਿਆ ਨਹੀਂ। ਤੇ ਯਾਰ ਗਿਫਟ ਦੀ ਅਨਬਾਕਸਿੰਗ ਹੁਣ ਕਰ ਖੜੀ ਹੈ, ਹੁਣ ਇਹਨੂੰ ਕਰੀਏ ਪੈਕ। ਠੀਕ ਹੈ ਪੈਕ ਕਰ ਗਏ ਤੇ ਹੁਣ ਚੱਲੀਏ ਘਰ ਵੱਲ, ਕਿਉਂਕਿ ਟਾਈਮ ਜਿਹੜਾ ਨਾ ਉਹ ਇਸ ਟਾਈਮ ਲੋੜੇ ਵਾਲੇ ਦਾ ਹੋ ਗਿਆ। ਉਹ ਬੋਤਲ ਹੀ ਭੁਲਾ ਹਰ ਇੱਕ, ਜਿਹੜੀ ਮਰਜ਼ੀ ਭੁਲਾ, ਹਰ ਸਟਿੰਗ ਭੁਲਾ ਜਾਂ ਲੈ ਕੇ ਆ, ਆਪਣੇ ਆਸੇ ਵੀ ਲੈ ਆਈਏ। ਹੋਇਆ ਨਹੀਂ, ਹੋਰ ਵੇਖ ਯਾਰ ਕੋਈ, ਮੈਂ ਦੂਸਰੀ ਵੇਖਾਂ ਕੋਈ। ਡਿਊ ਵੇਖ ਯਾਰ, ਕਿਹੜੀ ਸ਼ੀਸ਼ੇ ਦੀ ਆਹੀ ਨਹੀਂ? ਪਹਿਲਾ ਢੱਕਣ ਸਟਰਾ ਦੇ, ਕੰਮ ਪੂਰਾ ਘੜਿਆ ਘਰ, ਬਾਬਾ ਅੱਧਾ ਨਾ ਘੜਿਆ ਘਰ। ਇਸ ਮੈਂ ਡਾਲੂ ਬਰੋ, ਯੂ ਨੋ ਤੁਸੀਂ ਕਿੱਧਰ ਫਿਰਦੇ ਹੋ ਬੇ? ਜੱਜ ਦੇ ਪਰਾਨਿਆ ਉਹ ਫਲ, ਉਹ ਮਾਨਿਆ ਓਏ ਉਹ ਫਲ ਥੱਲੇ ਫਲ ਆਪਣਾ ਹੀ ਏ, ਉਹ ਚੰਗੀ ਛੱਡੀ ਉਹ ਕੀ ਹੈ ਭਲਾ, ਕੀ ਹੈ ਭਲਾ, ਇੰਜ ਦੱਸ, ਇੰਜ ਦੱਸ ਨਾ ਕੀ ਆਂਦੇ ਨੇ ਉਹ ਜਿਹੜਾ ਪਾਣੀ ਵਾਲਾ ਕੀ ਉਹ ਮਰਾਨਿਆਂ ਨੂੰ ਦੱਸੀ ਹੈ ਛੱਡ ਗਏ ਆ ਬੁਫਰ ਨੀ ਬੁਫਰ 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 ਸਪੀਕਰ ਤੇਰਾ ਕੋਈ ਹਾਲ ਨੀ, ਚੱਲ ਚੱਲੀਏ। ਆ ਦਬਈਓ ਆਇਆ ਧਿਆਨ ਨਾਲ ਫੜੀ, ਦਬਈਓ ਆਇਆ, ਦਬਈਓ ਓਕੇ।